ਸਵੇਰੇ ਸਵੇਰੇ ਚਾਵਾਂ ਦੇ ਨਾਲ ਸਕੂਲ ਜਾ ਰਹੀ ਇੱਕ ਸਕੂਲ ਟੀਚਰ ਦੀ ਸਕੂਟੀ ਦੀ ਟੱਕਰ ਟਿੱਪਰ ਦੇ ਨਾਲ ਹੋਈ ਹੈ, ਜਿਸ ਦੇ ਵਿੱਚ ਸਕੂਲ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਅੱਜ ਸਵੇਰੇ ਸਵੇਰੇ ਇਹ ਹਾਦਸਾ ਵਾਪਰਿਆ ਜਦੋਂ ਇੱਕ ਸਕੂਲ ਦੀ ਟੀਚਰ ਬੜੀ ਹੀ ਖੁਸ਼ੀ ਦੇ ਨਾਲ ਆਪਣੇ ਸਕੂਲ ਜਾ ਰਹੀ ਸੀ ਸਕੂਟੀ ਤੇ ਸਵਾਰ ਹੋ ਕੇ, ਤਾਂ ਰਸਤੇ ਦੇ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਟਿੱਪਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਸਕੂਲ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੇ ਇਸ ਦੌਰਾਨ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਸਕੂਟੀ ਹੈ ਉਹ ਬਿਲਕੁਲ ਹੀ ਚਕਨਾ ਚੂਰ ਹੋ ਗਈ ਹੈ ਤੇ ਇਸ ਦੇ ਨਾਲ ਹੀ ਜੋ ਟਿੱਪਰ ਹੈ ਉਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ। ਹਾਲਾਂਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ, ਪਰ ਦੱਸ ਦਈਏ ਕਿ ਇੱਕ ਬੇਹੱਦ ਹੀ ਹਿਲਾ ਕੇ ਰੱਖ ਦੇਣ ਵਾਲਾ ਇਹ ਹਾਦਸਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਸਕੂਲ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ। ਹਾਲਾਂਕਿ ਕਿਹਾ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਜੋ ਸਕੂਟੀ ਸੀ ਉਹ ਟਿੱਪਰ ਦੇ ਹੇਠਾਂ ਹੀ ਜਾ ਫਸਦੀ ਹੈ ਤੇ ਉਸ ਦੇ ਵਿੱਚ ਟੀਚਰ ਬੁਰੇ ਤਰੀਕੇ ਦੇ ਨਾਲ ਫਸ ਜਾਂਦੀ ਹੈ। ਹਾਲਾਂਕਿ ਲੋਕਾਂ ਨੇ ਜਦੋਂ ਟਿੱਪਰ ਚਾਲਕ ਨੂੰ ਇਸ ਦੇ ਬਾਰੇ ਦੱਸਿਆ ਤਾਂ ਉਸਨੇ ਮੌਕੇ 'ਤੇ ਹੀ ਆਪਣਾ ਟਿੱਪਰ ਛੱਡ ਕੇ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਰਾਹਗੀਰਾਂ ਦੀ ਮਦਦ ਦੇ ਨਾਲ ਜੋ ਟੀਚਰ ਸੀ ਉਸਨੂੰ ਟਿੱਪਰ ਦੇ ਹੇਠਾਂ ਤੋਂ ਕੱਢਿਆ ਗਿਆ। ਹਾਲਾਂਕਿ ਖੂਨ ਦੇ ਨਾਲ ਉਹ ਲਥਪਥ ਪਈ ਸੀ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਅੱਜ ਸਵੇਰੇ ਸਵੇਰੇ ਹੀ ਭਿਆਨਕ ਸੜਕ ਹਾਦਸਾ ਵਾਪਰਿਆ। ਸਕੂਲ ਜਾ ਰਹੀ ਇੱਕ ਸਕੂਲੀ ਟੀਚਰ ਦੀ ਟੱਕਰ ਟਿੱਪਰ ਦੇ ਨਾਲ ਹੋ ਜਾਂਦੀ ਹੈ, ਸਕੂਟੀ ਦੇ ਉੱਤੇ ਟੀਚਰ ਸਵਾਰ ਹੁੰਦੀ ਹੈ ਅਤੇ ਸਕੂਟੀ ਜੋ ਹੈ ਉਹ ਚਕਨਾ ਚੂਰ ਹੋ ਗਈ ਹੈ। ਹਾਲਾਂਕਿ ਇਸ ਦੌਰਾਨ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਕਿਸ ਦੀ ਗਲਤੀ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਸਵੇਰੇ ਸਵੇਰੇ ਹੀ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਸਕੂਲੀ ਟੀਚਰ ਜਦੋਂ ਘਰ ਤੋਂ ਸਕੂਲ ਜਾਣ ਦੇ ਲਈ ਨਿਕਲਦੀ ਹੈ ਸਕੂਟੀ ਦੇ ਉੱਤੇ ਤਾਂ ਰਸਤੇ ਦੇ ਵਿੱਚ ਬੇਕਾਬੂ ਟਿੱਪਰ ਇਸ ਨੂੰ ਟੱਕਰ ਮਾਰ ਦਿੰਦਾ, ਜਿਸ ਦੇ ਵਿੱਚ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ। ਸਵੇਰੇ ਸਵੇਰੇ ਚਾਵਾਂ ਦੇ ਨਾਲ ਸਕੂਲ ਜਾ ਰਹੀ ਇੱਕ ਸਕੂਲ ਟੀਚਰ ਦੀ ਸਕੂਟੀ ਦੀ ਟੱਕਰ ਟਿੱਪਰ ਦੇ ਨਾਲ ਹੋਈ ਹੈ, ਜਿਸ ਦੇ ਵਿੱਚ ਸਕੂਲ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ ਅਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸ ਦਈਏ ਕਿ ਅੱਜ ਸਵੇਰੇ ਸਵੇਰੇ ਇਹ ਹਾਦਸਾ ਵਾਪਰਿਆ ਜਦੋਂ ਇੱਕ ਸਕੂਲ ਦੀ ਟੀਚਰ ਬੜੀ ਹੀ ਖੁਸ਼ੀ ਦੇ ਨਾਲ ਆਪਣੇ ਸਕੂਲ ਜਾ ਰਹੀ ਸੀ ਸਕੂਟੀ ਤੇ ਸਵਾਰ ਹੋ ਕੇ, ਤਾਂ ਰਸਤੇ ਦੇ ਵਿੱਚ ਸਾਹਮਣੇ ਤੋਂ ਆ ਰਹੇ ਇੱਕ ਟਿੱਪਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ ਸਕੂਲ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤੇ ਇਸ ਦੌਰਾਨ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋ ਸਕੂਟੀ ਹੈ ਉਹ ਬਿਲਕੁਲ ਹੀ ਚਕਨਾ ਚੂਰ ਹੋ ਗਈ ਹੈ ਤੇ ਇਸ ਦੇ ਨਾਲ ਹੀ ਜੋ ਟਿੱਪਰ ਹੈ ਉਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ। ਹਾਲਾਂਕਿ ਟਿੱਪਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ, ਪਰ ਦੱਸ ਦਈਏ ਕਿ ਇੱਕ ਬੇਹੱਦ ਹੀ ਹਿਲਾ ਕੇ ਰੱਖ ਦੇਣ ਵਾਲਾ ਇਹ ਹਾਦਸਾ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਸਕੂਲ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ। ਹਾਲਾਂਕਿ ਕਿਹਾ ਜਾ ਰਿਹਾ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਸਮੇਂ ਜੋ ਸਕੂਟੀ ਸੀ ਉਹ ਟਿੱਪਰ ਦੇ ਹੇਠਾਂ ਹੀ ਜਾ ਫਸਦੀ ਹੈ ਅਤੇ ਉਸ ਦੇ ਵਿੱਚ ਟੀਚਰ ਬੁਰੇ ਤਰੀਕੇ ਦੇ ਨਾਲ ਫਸ ਜਾਂਦੀ ਹੈ। ਹਾਲਾਂਕਿ ਲੋਕਾਂ ਨੇ ਜਦੋਂ ਟਿੱਪਰ ਚਾਲਕ ਨੂੰ ਇਸ ਦੇ ਬਾਰੇ ਦੱਸਿਆ ਤਾਂ ਉਸਨੇ ਮੌਕੇ 'ਤੇ ਹੀ ਆਪਣਾ ਟਿੱਪਰ ਛੱਡ ਕੇ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਰਾਹਗੀਰਾਂ ਦੀ ਮਦਦ ਦੇ ਨਾਲ ਜੋ ਟੀਚਰ ਸੀ ਉਸਨੂੰ ਟਿੱਪਰ ਦੇ ਹੇਠਾਂ ਤੋਂ ਕੱਢਿਆ ਗਿਆ। ਹਾਲਾਂਕਿ ਖੂਨ ਦੇ ਨਾਲ ਉਹ ਲਥਪਥ ਪਈ ਸੀ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਅੱਜ ਸਵੇਰੇ ਸਵੇਰੇ ਹੀ ਭਿਆਨਕ ਸੜਕ ਹਾਦਸਾ ਵਾਪਰਿਆ। ਸਕੂਲ ਜਾ ਰਹੀ ਇੱਕ ਸਕੂਲੀ ਟੀਚਰ ਦੀ ਟੱਕਰ ਟਿੱਪਰ ਦੇ ਨਾਲ ਹੋ ਜਾਂਦੀ ਹੈ, ਸਕੂਟੀ ਦੇ ਉੱਤੇ ਟੀਚਰ ਸਵਾਰ ਹੁੰਦੀ ਹੈ
ਤੇ ਸਕੂਟੀ ਜੋ ਹੈ ਉਹ ਚਕਨਾ ਚੂਰ ਹੋ ਗਈ ਹੈ। ਹਾਲਾਂਕਿ ਇਸ ਦੌਰਾਨ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖਰ ਕਿਸ ਦੀ ਗਲਤੀ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ। ਤਾਂ ਦੱਸ ਦਈਏ ਕਿ ਸਵੇਰੇ ਸਵੇਰੇ ਇਹ ਮਨਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸਕੂਲੀ ਟੀਚਰ ਜਦੋਂ ਘਰ ਤੋਂ ਸਕੂਲ ਜਾਣ ਦੇ ਲਈ ਨਿਕਲਦੀ ਹੈ ਸਕੂਟੀ ਦੇ ਉੱਤੇ ਤਾਂ ਰਸਤੇ ਦੇ ਵਿੱਚ ਬੇਕਾਬੂ ਟਿੱਪਰ ਇਸ ਨੂੰ ਟੱਕਰ ਮਾਰ ਦਿੰਦਾ ਹੈ ਜਿਸ ਦੇ ਵਿੱਚ ਟੀਚਰ ਬੁਰੇ ਤਰੀਕੇ ਨਾਲ ਜ਼ਖਮੀ ਹੋਈ ਹੈ।